ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਕੜਕਦੀ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਅੱਜ ਦਾ ਮੌਸਮ ਦੀ ਗੱਲ ਕਰੀਏ ਤੇ ਅੰਮ੍ਰਿਤਸਰ ਦੇ ਵਿੱਚ ਬੱਦਲ ਇਸ ਵੇਲੇ ਛਾਏ ਹੋਏ ਨੇ ਔਰ ਹਵਾਵਾਂ ਚੱਲ ਰਹੀਆਂ ਨੇ। ਮੌਸਮ ਥੋੜਾ ਸੁਹਾਣਾ ਹੋਇਆ ਹੈ, ਗਰਮੀ ਤੋਂ ਥੋੜੀ ਨਿਜਾਤ ਮਿਲੀ ਹੈ। ਜਿਸ ਤਰ੍ਹਾਂ 2-4 ਦਿਨਾਂ ਤੋਂ ਗਰਮੀ ਪੈ ਰਹੀ ਸੀਗੀ, ਤਾਪਮਾਨ ਜ਼ਿਆਦਾ ਵੱਧ ਰਿਹਾ ਸੀਗਾ, ਉਸ ਨਾਲ ਇੰਝ ਲੱਗ ਰਿਹਾ ਸੀ ਸਤੰਬਰ ਦੇ ਮਹੀਨੇ ਦੇ ਵਿੱਚ ਵੀ ਜਿਹੜੀ ਝੋਨੇ ਦਾ ਸੀਜ਼ਨ ਅਸੀਂ ਕੱਦੂ ਕਰਦੇ ਸੀ ਤਾਂ ਦਿਨ ਦੇ ਵਿੱਚ ਤਾਂ ਲਾਈਟ ਆਉਂਦੀ ਨਹੀਂ ਸੀਗੀ ਅਤੇ ਰਾਤ ਨੂੰ ਕੱਦੂ ਅਸੀਂ ਕਰ ਨਹੀਂ ਸਕਦੇ। ਦਿਨ ਦੇ ਵਿੱਚ ਸਾਨੂੰ ਕੱਦੂ ਕਰਨਾ ਪੈਂਦਾ ਸੀ, 5-6 ਹਜ਼ਾਰ ਦਾ ਡੀਜ਼ਲ ਅਸੀਂ 1 ਏਕੜ ਦੇ ਲਾਗੇ ਛਾਗੇ ਸਾਡਾ ਪਹੁੰਚਦਾ ਸੀ ਖਰਚਾ। ਸੋ ਸਾਡਾ ਲਗਭਗ 1 ਏਕੜ ਦੇ ਪਿੱਛੇ 5-6 ਹਜ਼ਾਰ ਰੁਪਏ ਬੱਚਤ ਹੋ ਗਈ। ਮੇਰਾ ਨਾਮ ਗੁਰਮੀਤ ਸਿੰਘ ਹੈ ਜੀ, ਸਾਡਾ ਪਿੰਡ ਸ਼ਮਸ਼ਪੁਰ ਸਿੰਘ ਹੈ ਜੀ, ਤਹਿਸੀਲ ਖਮਾਣੋ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਜੀ। 20 ਸਾਲ ਬਾਅਦ ਸਾਡੇ ਖੇਤਾਂ 'ਚ ਪਾਣੀ ਆਇਆ ਜੀ। ਵੀ ਭਗਵੰਤ ਮਾਨ ਸਾਹਿਬ ਨੇ ਜਿਹੜੀ ਪੱਕੀ ਪਾਈਪਲਾਈਨ ਬਣਾਈ ਹੈ, ਬਹੁਤ ਬਹੁਤ ਧੰਨਵਾਦ ਇਹਨਾਂ ਦਾ। ਬਹੁਤ ਸਾਡੇ ਤਾਂ ਪਾਣੀ ਆਉਂਦਾ ਨਹੀਂ ਸੀ, ਇਸ ਵਾਰ ਆਇਆ ਜੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਯਤਨਾਂ ਸਦਕਾ ਹੁਣ ਕਿਸਾਨਾਂ ਨੂੰ ਖੇਤਾਂ 'ਚ ਸਿੰਚਾਈ ਲਈ ਟਿਊਬਵੈੱਲ ਚਲਾਉਣ ਦੀ ਲੋੜ ਨਹੀਂ ਪੈਂਦੀ ਤੇ ਨਾ ਹੀ ਪਾਣੀ ਦੀ ਕਿੱਲਤ ਦੇ ਚਲਦਿਆਂ ਫਸਲਾਂ ਦੀ ਬਿਜਾਈ 'ਚ ਦੇਰੀ ਹੋ ਰਹੀ ਹੈ, ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਨਾਲ ਕਿਸਾਨਾਂ ਨੂੰ ਨਹਿਰਾਂ ਦੀਆਂ ਟੇਲਾਂ ਤੱਕ ਸਿੰਚਾਈ ਲਈ ਪਾਣੀ ਮੁਹੱਈਆ ਹੋ ਰਿਹਾ ਹੈ। ਫਸਲਾਂ ਦੀ ਸਿੰਚਾਈ ਲਈ 14,103 ਖਾਲਾਂ ਦੇ ਨਾਲ ਟੇਲਾਂ ਤੱਕ ਨਹਿਰੀ ਪਾਣੀ ਪਹੁੰਚਿਆ ਹੈ, ਜਿਸ ਨਾਲ ਨਾ ਸਿਰਫ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਹੈ ਬਲਕਿ ਇਸ ਦੇ ਨਾਲ ਧਰਤੀ ਹੇਠਲੇ ਪਾਣੀ ਦੀ ਵੀ ਬੱਚਤ ਹੋ ਰਹੀ ਹੈ। ਹੈ ਬਹੁਤ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਪਰ ਮੌਸਮ 'ਚ ਕੁਝ ਬਦਲਾਵ ਆ ਗਿਆ ਹੈ। ਵੈਸਟਰਨ ਡਿਸਟਰਬੈਂਸ ਕਰਕੇ ਮੌਸਮ 'ਚ ਚੇਂਜਿਸ ਆ ਰਹੀ ਹੈ। ਪੰਜਾਬ ਦੇ ਕੁਝ ਥਾਵਾਂ ਦੇ ਵਿੱਚ ਮੀਂਹ ਵੀ ਪੈ ਰਿਹਾ ਹੈ ਔਰ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਸਵੇਰ ਤੋਂ ਹੀ ਬੱਦਲ ਛਾਏ ਹੋਏ ਨੇ ਔਰ ਤੇਜ਼ ਹਵਾਵਾਂ ਚੱਲ ਰਹੀਆਂ ਨੇ, ਜਿਹਦੇ ਨਾਲ ਥੋੜ੍ਹੀ ਜਿਹੀ ਗਰਮੀ ਤੋਂ ਲੋਕਾਂ ਨੂੰ ਰਾਹਤ ਹੈ। ਸੋ ਤੁਸੀਂ ਤਸਵੀਰਾਂ 'ਚ ਵੀ ਵੇਖ ਸਕਦੇ ਹੋ ਕਿ ਮੌਸਮ ਆਸਮਾਨ ਦੇ ਉੱਤੇ ਬੱਦਲ ਜਿਹੜੇ ਨੇ ਉਹ ਛਾਏ ਹੋਏ ਨੇ, ਜਿਸ ਕਾਰਨ ਠੰਡੀਆਂ ਹਵਾਵਾਂ ਦੇ ਨਾਲ ਥੋੜ੍ਹਾ ਜਿਹਾ ਗਰਮੀ ਤੋਂ ਬਚਾਅ ਹੈ। ਸੋ ਇਸ ਬਚਾਅ ਵੈਸਟਰਨ ਡਿਸਟਰਬੈਂਸ ਕਰਕੇ, ਕਿਉਂਕਿ ਸਪਤੰਬਰ ਦਾ ਮਹੀਨਾ ਚੱਲ ਰਿਹਾ, ਸਪਤੰਬਰ ਦੇ ਮਹੀਨੇ ਦੇ ਵਿੱਚ ਗਰਮੀ ਥੋੜ੍ਹੀ ਜਿਹੀ ਘੱਟ ਜਾਂਦੀ ਹੈ ਔਰ ਸਰਦੀ ਵੱਲ ਅਸੀਂ ਕਦਮ ਰੱਖਦੇ ਹਾਂ, ਪਰ ਜਿਸ ਤਰ੍ਹਾਂ ਪਿਛਲੇ 2-4 ਦਿਨਾਂ ਤੋਂ ਦੇਖ ਰਹੇ ਹਾਂ ਕਿ ਗਰਮੀ ਬਹੁਤ ਜ਼ਿਆਦਾ ਪੈ ਰਹੀ ਸੀਗੀ ਔਰ ਇਹ ਲੱਗ ਰਿਹਾ ਸੀਗਾ ਕਿ ਅਸੀਂ ਸਰਦੀ ਵੱਲ ਜਿਹੜਾ ਵੱਧਦੇ ਪਏ ਸੀਗੇ। ਸਰ ਸਤੰਬਰ ਦੇ ਮਹੀਨੇ 'ਚ ਅਕਸਰ ਅਸੀਂ ਦੇਖਦੇ ਹਾਂ ਕਿ ਥੋੜ੍ਹਾ ਜਿਹਾ ਸਰਦੀ ਵੱਲ ਨੂੰ ਅਸੀਂ ਤੁਰਦੇ ਜਾਂਦੇ ਹਾਂ, ਪਰ ਬੜੀ ਗਰਮੀ ਸੀ, ਅੱਜ ਥੋੜ੍ਹੀ ਜਿਹੀ ਰਾਹਤ ਨਜ਼ਰ ਆ ਰਹੀ ਹੈ, ਬੱਦਲ ਵਿੱਚ ਆਏ। ਕਿੱਥੇ ਰਾਹਤ ਆ ਰਹੀ ਹੈ ਸਰ, ਇਸ ਤਰ੍ਹਾਂ ਹੀ ਹੈ, ਥੋੜ੍ਹਾ ਬੱਦਲ ਦਾ ਹੈਗਾ ਥੋੜ੍ਹਾ, ਬਾਕੀ ਇਸ ਤਰ੍ਹਾਂ ਹੀ ਹੈ। ਕੋਈ ਬਹੁਤ ਜ਼ਿਆਦਾ ਗਰਮੀ ਹੈ ਮੌਸਮ ਦੇ ਹਿਸਾਬ ਨਾਲ, ਨਹੀਂ ਚਾਹੀਦੀ ਹੈ ਇਹਨਾਂ ਦਿਨਾਂ 'ਚ, ਨਹੀਂ ਹੁੰਦੀ ਨਹੀਂ, ਪਰ ਜਿੰਨੀ ਹੋ ਰਹੀ ਹੈ। ਸੋ ਇਹਨਾਂ ਦਿਨਾਂ ਦੇ ਵਿੱਚ ਗਰਮੀ ਨਹੀਂ ਹੁੰਦੀ ਹੈ, ਪਰ ਜਿਤਨੀ ਗਰਮੀ ਪੈ ਰਹੀ ਹੈ ਉਤੋਂ ਅਸੀਂ ਅੰਦਾਜ਼ਾ ਦੁਕਾਨਦਾਰ ਨਾਲ ਗੱਲ ਕਰਦੇ ਹਾਂ। ਸਰ ਅੱਜ ਜਿਵੇਂ ਬੱਦਲ ਛਾਏ ਹੋਏ ਨੇ, ਪਿੱਛੇ ਅਸੀਂ ਦੇਖਦੇ ਪਏ ਹਾਂ ਕਿ 2-3 ਦਿਨਾਂ ਤੋਂ ਬਹੁਤ ਜ਼ਿਆਦਾ ਗਰਮੀ ਸੀਗੀ, ਬਹੁਤ ਹੀ ਜ਼ਿਆਦਾ ਗਰਮੀ ਦਾ ਸਾਹਮਣਾ ਕਰਨਾ ਲੋਕਾਂ ਨੂੰ ਪੈ ਰਿਹਾ ਸੀਗਾ, ਅੱਜ ਥੋੜ੍ਹੀ ਜਿਹੀ ਜਿਸ ਤਰ੍ਹਾਂ ਬੱਦਲ ਹੈ, ਹਵਾ ਵੀ ਚੱਲ ਰਹੀ ਹੈ। ਸਰ ਜੀ ਕੁਦਰਤ ਮੁਤਾਬਕ ਜਦੋਂ ਮਹੀਨਾ ਸੁਧਾ ਚੱਲ ਜਾਂਦਾ, ਠੰਡ ਮੌਸਮ ਵੀ ਬਦਲਾਅ ਆਪਣਾ ਆਪ ਐਟੋਮੈਟਿਕ ਹੋਣਾ ਚਾਹੀਦਾ, ਪਰ ਉਹ ਅਜੇ ਤੱਕ ਆ ਗਈ। ਗਲੋਬਲ ਵਾਰਮਿੰਗ ਜਿਹੜੇ ਉਹ ਖਰਾਬ ਹੋ ਚੁੱਕੀ ਹੋਈ ਆ, ਜਿਹੜੇ ਜਦੋਂ
ਗਰਮੀ ਦਾ ਮੌਸਮ ਸੀ ਉਦੋਂ ਪੂਰੀ ਗਰਮੀ ਸੀ, ਹੁਣ ਜਦੋਂ ਸਰਦੀ ਦਾ ਮੌਸਮ ਆਇਆ ਕੁਦਰਤੀ ਸਰਦੀ ਹੋਣੀ ਚਾਹੀਦੀ ਹੈ। ਜਿਹੜੀਆਂ ਪਿੱਛੇ ਬਰਸਾਤਾਂ ਪਈਆਂ ਲੋਕਾਂ ਨੇ ਕਾਫੀ ਲੂਤੇ ਉਠਾਇਆ ਅਤੇ ਉਹਦਾ ਅੱਜ ਗਰਮੀ ਦਾ ਜਿਹੜਾ ਚਮਾਸਾ ਨਿਕਲਣ ਡਿਆ। ਸਰ ਜੇ ਅਸ ਜਿਹੜਾ ਮਹੀਨਾ ਦੇਸੀ ਮਹੀਨੇ ਦੀ ਗੱਲ ਕਰੀਏ, ਅੱਸੂ ਚੱਲਦਾ ਪਿਆ, ਨਵਰਾਤਰੇ ਵੀ ਆ ਰਹੇ ਨੇ, ਸ਼ਰਾਧ ਚੱਲਦੇ ਪਏ ਨੇ, ਇਹਨਾਂ ਦਿਨਾਂ 'ਚ ਹਲਕੀ ਹਲਕੀ ਸਰਦੀ ਮਹਿਸੂਸ ਹੁੰਦੀ ਹੈ ਸਾਨੂੰ, ਪਰ ਜਿਸ ਤਰ੍ਹਾਂ ਤੁਸੀਂ ਦੇਖਿਆ ਪਿਛਲੇ 2-3 ਦਿਨਾਂ ਤੋਂ ਬਹੁਤ ਜ਼ਿਆਦਾ ਗਰਮੀ ਸੀਗੀ, ਇਹਦਾ ਗਲੋਬਲ ਵਾਰਮਿੰਗ ਤਾਂ ਇਹਦਾ ਇੱਕ ਨਤੀਜਾ ਹੈਗਾ ਹੀ ਹੈਗਾ, ਉਸ ਤੋਂ ਇਲਾਵਾ ਹੋਰ ਕੀ ਸਮਝਦੇ ਹੋ? ਸਹੀ, ਉਸ ਤੋਂ ਜ਼ਿਆਦਾ ਤਾਂ ਇਹੋ ਜਿਹੀ ਕੁਝ ਸਮਝਦੇ ਜੋ ਪਰਮਾਤਮਾ ਕਰਦਾ ਚੰਗਾ ਹੀ ਕਰਦਾ, ਕੀ ਪਤਾ ਕੋਈ ਸਰਦੀ ਜ਼ਿਆਦਾ ਪੈਣੀ ਹੋਵੇ ਭਲੇ ਲਈ ਕਰਦਾ ਭਲਾ ਹੀ ਕਰਦਾ ਹੋਏਗਾ। ਤੁਸੀਂ ਦੇਖਿਆ ਕਿ ਦੁਕਾਨਦਾਰ ਵੀ ਇਸ ਵੇਲੇ ਥੋੜ੍ਹਾ ਖੁਸ਼ ਨੇ ਕਿ ਬਹੁਤ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਸੀਗਾ ਇਸ ਮੌਸਮ ਦੇ ਵਿੱਚ, ਜੇ ਅਸੀਂ ਗੱਲ ਕਰੀਏ ਤਾਂ ਇਸ ਮੌਸਮ ਦੇ ਵਿੱਚ ਹਲਕੀ ਹਲਕੀ ਜਿਹੜੀ ਹਵਾ ਹੈ ਉਹ ਸਰਦੀ ਦੇ ਵਿੱਚ ਚੱਲਣੀ ਸ਼ੁਰੂ ਹੋ ਜਾਂਦੀ ਹੈ, ਸਰਦੀ ਵੱਲ ਪ੍ਰਵੇਸ਼ ਕਰ ਜਾਂਦੇ ਹਾਂ। ਜਿਸ ਤਰ੍ਹਾਂ ਨਵਰਾਤਰੇ ਆ ਜਾਂਦੇ ਹੈ ਔਰ ਤਿਉਹਾਰੀ ਸੀਜ਼ਨ ਆ ਜਾਂਦਾ ਹੈ, ਗਰਮੀ ਤੋਂ ਥੋੜ੍ਹਾ ਬਚਾਅ ਮਿਲਦਾ ਹੈ, ਪਰ ਕੜਕਦੀ ਬੜੀ ਜ਼ਿਆਦਾ ਸਖ਼ਤ ਗਰਮੀ ਪੈ ਰਹੀ ਸੀਗੀ ਪਿਛਲੇ 3-4 ਦਿਨਾਂ ਤੋਂ, ਤਾਪਮਾਨ ਜਿਹੜਾ ਬਹੁਤ ਜ਼ਿਆਦਾ ਵੱਧ ਗਿਆ ਸੀਗਾ। ਸੋ ਅੱਜ ਥੋੜ੍ਹੀ ਜਿਹੀ ਰਾਹਤ ਹੈ ਕਿ ਬੱਦਲਬਾਈ ਹੋਈ ਹੈ ਕਿ, ਔਰ ਇਹ ਵੀ ਕਿਹਾ ਜਾ ਰਿਹਾ ਕਿ ਅਨੁਮਾਨ ਲਗਾਇਆ ਜਾ ਰਿਹਾ ਕਿ ਬਰਸਾਤ ਹੋਣ ਦੀ ਵੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਮੌਸਮ ਵਿਭਾਗ ਦੀ ਗੱਲ ਜੇ ਮੰਨੀਏ ਤਾਂ ਮੌਸਮ ਵਿਭਾਗ ਦੇ ਮੁਤਾਬਿਕ ਵੀ ਕੜਕ ਦੀ ਹਵਾ ਵੀ ਚੱਲ ਸਕਦੀ ਹੈ, ਬਿਜਲੀ ਵੀ ਕੜਕ ਸਕਦੀ ਹੈ ਅਤੇ ਆਸਮਾਨ ਬੱਦਲਬਾਈ ਤੋਂ ਬਾਅਦ ਬਰਸਾਤ ਵੀ ਹੋ ਸਕਦੀ ਹੈ। ਅਸੀਂ ਇਸ ਬਾਰੇ ਹੋਰ ਵੀ ਗੱਲ ਕਰਾਂਗੇ। ਜੇ ਇਹਨਾਂ ਦਿਨਾਂ ਦੇ ਵਿੱਚ ਅਸੀਂ ਦੇਖੀਏ ਤਾਂ ਮੌਸਮ ਦੇ ਵਿੱਚ ਚੇਂਜ ਆ ਜਾਂਦਾ ਹੈ, ਮੌਸਮ ਦੇ ਵਿੱਚ ਥੋੜ੍ਹਾ ਜਿਹਾ ਬਦਲਾਅ ਵੀ ਆ ਜਾਂਦਾ। ਅਸੀਂ ਗੱਲ ਕਰਦੇ ਹਾਂ ਵਰਮਾ ਜੀ, ਮੌਸਮ ਦੇਖ ਰਹੇ ਹੋ ਤੁਸੀਂ, ਬਹੁਤ ਗਰਮੀ ਪੈ ਰਹੀ ਸੀਗੀ, ਮਤ ਕੁਝ ਰਾਹਤ ਜੀ ਨਜ਼ਰ ਆ ਰਹੀ ਹੈ ਜਿਵੇਂ ਅੱਜ ਬੱਦਲ ਛਾ ਗਏ ਨੇ, ਮਹਿਸੂਸ ਹੋ ਰਿਹਾ ਕਿ ਅਸੀਂ ਸਰਦੀ ਵੱਲ ਜਾ ਰਹੇ ਹਾਂ? ਦੇਖੋ, ਅੱਜ ਤੋਂ 8-10 ਦਿਨ ਪਹਿਲਾਂ ਮੌਸਮ ਇਹਦੇ ਨਾਲ ਬੜਾ ਅੱਛਾ ਹੋ ਗਿਆ ਸੀ, ਜਦੋਂ ਤਕਰੀਬਨ 1-2 ਦਿਨ ਛੱਡ ਕੇ ਬਾਰਿਸ਼ ਵੀ ਹੋ ਜਾਂਦੀ ਰਹੀ ਆ। ਹੁਣ 8-10 ਦਿਨ ਹੋ ਗਏ ਬਾਰਿਸ਼ ਵੀ ਨਹੀਂ ਹੋਈ ਅਤੇ ਮੌਸਮ ਥੋੜ੍ਹਾ ਬੜਾ ਗੰਦਾ ਜਿਹਾ ਹੋ ਗਿਆ, ਵੀ ਹੁੰਮਸ ਜਿਹਾ ਬੜਾ ਹੋ ਗਿਆ, ਪਰ ਹੁੰਮਸ ਹੋਣ ਨਾਲ ਕਿ ਗਰਮੀ ਵੀ ਬੜੀ ਵੱਧ ਗਈ ਆ, ਅਤੇ ਹੁਣ ਅੱਜ ਤਾਂ ਬੱਦਲ ਲੱਗਦਾ ਵਾ, ਪਤਾ ਕੋਈ ਨਹੀਂ ਕੋਈ ਬਾਰਿਸ਼ ਹੋ ਜਾਏਗੀ, ਥੋੜ੍ਹਾ ਜਿਹਾ ਮੌਸਮ ਠੀਕ ਹੋਏਗਾ ਤਾਂ ਅੱਗੋਂ ਹੁਣ ਜਿਵੇਂ ਹੁਣ ਸਤੰਬਰ ਦਾ ਮਹੀਨਾ ਚੱਲ ਰਿਹਾ ਵੀ ਖਤਮ ਹੀ ਹੋ ਗਿਆ, ਅਤੇ ਮੌਸਮ ਥੋੜ੍ਹਾ ਜਿਹਾ ਅੱਗੋਂ ਠੰਡਾ ਹੋਣਾ ਚਾਹੀਦਾ, ਜ਼ਿਆਦਾ ਗਰਮੀ ਪੈ ਰਹੀ ਹੈ। ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਦਿਨਾਂ 'ਚ ਮੌਸਮ ਬਦਲ ਜਾਂਦਾ ਹੈ, ਮੌਸਮ ਦੇ ਵਿੱਚ ਚੇਂਜ ਆ ਜਾਂਦਾ ਹੈ, ਥੋੜ੍ਹਾ ਜਿਹਾ ਅਸੀਂ ਸਰਦੀ ਵੱਲ ਤਿਆਰ ਰੱਖਣਾ ਸ਼ੁਰੂ ਕਰ ਦਿੰਦੇ ਹਾਂ, ਇਹ ਪਿੱਛੇ ਮੌਸਮ ਸੁਹਾਣਾ ਸੀਗਾ ਮਗਰ ਹੁਣ ਗਰਮੀ ਵੀ ਬੜੀ ਆ ਗਈ ਸੀਗੀ, ਇਹਦਾ ਕਾਰਨ ਕੀ ਸਮਝਦੇ ਹੋ? ਗਲੋਬਲ ਵਾਰਮਿੰਗ ਤਾਂ ਇੱਕ ਅਲੱਗ ਚੀਜ਼ ਹੈਗੀ ਆ, ਜਿਸੀ ਨਾਲਾ ਜਿਹੜਾ ਖੇਤਾਂ ਦੇ ਵਿੱਚ ਪਰਾਲੀ ਸੜਦੀ ਪਈ ਹੈ, ਉਹਦਾ ਕਾਰਨ ਤਾਂ ਨਹੀਂ ਅਸੀਂ ਜ਼ਿਆਦਾ ਗਰਮੀ ਮਹਿਸੂਸ? ਨਹੀਂ, ਦੇਖੋ ਉਹਦੇ ਕਾਰਨ ਵੀ ਨਹੀਂ ਹੋ ਸਕਦਾ, ਦੇਖੋ ਸਭ ਤੋਂ ਜ਼ਿਆਦਾ ਪੋਲਿਊਸ਼ਨ ਦਾ ਕਾਰਨ ਹੈਗਾ ਪੋਲਿਊਸ਼ਨ ਹੀ ਹੈ, ਜਿੰਨੀਆਂ ਵੀ ਗੱਡੀਆਂ, ਟਰੱਕ, ਆਟੋ, ਸਕੂਟਰ, ਬਾਹਰ ਜੋ ਵੀ ਚੱਲ ਰਿਹਾ, ਇਹ ਵੀ ਸਾਰੇ ਆਹਰ ਦੇ ਧੂੰਆਂ ਛੱਡਦੇ ਆ, ਗਰਮੀ ਕਰਦੇ ਨੇ, ਇਹਦੇ ਕਰਕੇ ਵੀ ਗਰਮੀ ਹੈਗੀ ਆ। ਅਸੀਂ ਖਾਲੀ ਇਹ ਨਹੀਂ ਕਹਿ ਸਕਦੇ ਵੀ ਪਰਾਲੀ ਸਾੜਦੇ ਆ, ਉਹਦਾ ਉਹਨਾਂ ਦਾ ਹੀ ਧੂੰਆਂ ਹੈ, ਬਾਕੀ ਗਲੋਬਲ ਵਾਰਮਿੰਗ ਜੋ ਹੈਗਾ ਉਹ ਤਾਂ ਹੈਗਾ ਹੀ ਆ, ਪਰ ਜ਼ਿਆਦਾ ਗਰਮੀ ਤਾਂ ਸ਼ਹਿਰ ਦੇ ਵਿੱਚ, ਗਰਮੀ ਦਾ ਨਾ ਕਾਰਨ ਇਹ ਵਿਕਸਿਤ ਹੈ ਹੀ ਨਹੀਂ ਇੱਥੇ ਸ਼ਹਿਰ ਦੇ ਵਿੱਚ ਕਿਧਰੇ, ਵੀ ਜਿਹਦੇ ਨਾਲ ਕੋਈ ਠੰਡੀ ਹਵਾ ਵੀ ਆ ਸਕੇ। ਸਾਰੇ ਪੱਕੀਆਂ ਜਗ੍ਹਾ ਬਣ ਗਈਆਂ ਨੇ, ਸੜਕਾਂ ਵਾ, ਸੜਕਾਂ ਦੇ ਕੰਢੇ ਰੁੱਖ ਲੱਗੇ ਹੋਣੇ ਚਾਹੀਦੇ, ਪਰ ਉਹ ਵੀ ਕੋਈ ਨਹੀਂ ਲੱਗੇ, ਜੇ ਲੱਗੇ ਵੀ ਆ ਕੋਈ ਮੀਂਹ ਨਹੀਂ, ਹਨੇਰੀ ਆਏ, ਕੋਈ ਟੁੱਟ ਗਏ ਨੇ, ਕੋਈ ਜਿਹੜੇ ਲਾਏ ਹੁੰਦੇ ਨੇ ਉਹਲੇ ਦੁਬਾਰਾ ਉਹਨਾਂ ਦੀ ਕੋਈ ਦੇਖਭਾਲ ਨਹੀਂ ਕਰਦਾ, ਉਹ ਸੜ ਜਾਂਦੇ ਨੇ, ਸੁੱਕ ਜਾਂਦੇ ਨੇ। ਜਿਵੇਂ ਜਿੰਨੀ ਗਰਮੀ ਪਈ ਆ, ਇਹਨਾਂ ਦੀ ਰੋਜ਼ ਇਹਨਾਂ ਨੂੰ ਪਾਣੀ ਦਿੱਤਾ ਜਾਣਾ ਚਾਹੀਦਾ, ਫਿਰ ਹੀ ਜਾ ਕੇ ਕਿਧਰੇ ਪੱਲਣਗੇ। ਤੋ ਤੁਸੀਂ ਦੇਖਿਆ ਕਿ ਮੌਸਮ ਜ਼ਰੂਰ ਥੋੜ੍ਹਾ ਜਿਹਾ ਸੁਹਾਣਾ ਹੋਇਆ ਹੈ, ਗਰਮੀ ਤੋਂ ਥੋੜ੍ਹੀ ਜਿਹੀ ਰਾਹਤ ਜ਼ਰੂਰ ਮਿਲੀ ਹੈ। ਜਿਸ ਤਰ੍ਹਾਂ ਕਿ ਮੈਂ ਤਾਂ ਪਹਿਲੇ ਦੱਸ ਰਿਹਾ ਕਿ ਸਰਦੀਆਂ ਵੱਲ ਅਸੀਂ ਥੋੜ੍ਹਾ ਜਿਹਾ ਆਪਣਾ ਪੈਰ ਰੱਖਣਾ ਸ਼ੁਰੂ ਕਰ ਦਿੱਤਾ ਸੀਗਾ, ਪਰ ਮੌਸਮ ਦੇ ਵਿੱਚ ਕੁਝ ਚੇਂਜਿਸ ਆ ਗਈ, ਗਲੋਬਲ ਵਾਰਮਿੰਗ ਕਰਕੇ ਗਰਮੀ ਦਾ ਅਹਿਸਾਸ ਫਿਰ ਦੁਬਾਰਾ ਸ਼ੁਰੂ ਹੋ ਗਿਆ ਸੀਗਾ। ਪਿਛਲੇ 2-4 ਦਿਨਾਂ ਤੋਂ ਤਾਪਮਾਨ ਫਿਰ ਵੱਧਦਾ ਜਿਹਾ ਨਜ਼ਰ ਆ ਰਿਹਾ ਸੀਗਾ, ਲੋਕ ਤਰਬਰ ਹੋ ਰਹੇ ਸੀ, ਗਰਮੀ ਤੋਂ ਪਰੇਸ਼ਾਨ ਹੋ ਰਹੇ ਸੀਗੇ, ਪਰ ਅੱਜ ਦੇ ਮੌਸਮ ਨੇ ਇੱਕ ਵਾਰ ਫਿਰ ਮੌਸਮ ਨੂੰ ਬਦਲ ਦਿੱਤਾ, ਕੁਦਰਤ ਨੇ ਆਪਣੇ ਰੰਗ ਦਿਖਾ ਦਿੱਤੇ ਨੇ ਔਰ ਬੱਦਲਬਾਈ ਹੋ ਗਈ ਹੈ,
ਔਰ ਮੌਸਮ ਵਿਭਾਗ ਮੁਤਾਬਕ ਇਸ ਬੱਦਲਬਾਜ਼ੀ ਦੇ ਵਿੱਚ ਅੱਜ ਬਾਰਿਸ਼ ਵੀ ਹੋ ਸਕਦੀ ਹੈ ਔਰ ਕੜਕਦੀ ਬਿਜਲੀ ਵੀ ਪੈ ਸਕਦੀ ਹੈ। ਕੈਮਰਾ ਪਰਸਨ ਵਿਪਨ ਦੇ ਨਾਲ ਜੋਤੀ ਬਹਿਲ, ਦੈਨਿਕ ਸਵੇਰਾ ਟੀਵੀ, ਅੰਮ੍ਰਿਤਸਰ। ਦੇਸ਼ ਦੁਨੀਆ ਕੀ ਹਰ ਖਬਰ ਸਭ ਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।